ਅੱਜ ਬਿਜਲੀ ਮੰਤਰੀ ਪੰਜਾਬ ਸ਼੍ਰੀ ਗੁਰਪ੍ਰੀਤ ਕਾਂਗੜ ਨੇ ਭਗਤਾ ਭਾਈਕਾ ਵਿਖੇ ਬਿਜਲੀ ਨਾਲ ਸੰਬੰਧਿਤ ਸਬ ਸਟੋਰ ਦਾ ਨੀਂਹ ਪੱਥਰ ਰੱਖਿਆ। ਬਿਜਲੀ ਨਾਲ ਸੰਬੰਧਿਤ ਤਕਰੀਬਨ ਸਾਰਾ ਸਮਾਨ ਇਸ ਸਬ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਕੇਬਲ, ਟਰਾਂਸਫਰ ਜਾਂ ਹੋਰ ਬਿਜਲੀ ਦਾ ਲੋੜੀਂਦਾ ਸਮਾਨ ਬਠਿੰਡਾ ਤੋਂ ਖਰੀਦਣਾ ਪੈਂਦਾ ਸੀ। ਇਸ ਸਬ ਸਟੋਰ ਖੋਲ੍ਹਣ ਨਾਲ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਆਮ ਸ਼ਿਕਾਇਤਾਂ ਦਾ ਨਿਪਟਾਰਾ ਛੇਤੀ ਕਰਨ ਵਿੱਚ ਸਹਾਇਤਾ ਮਿਲੇਗੀ ਅਤੇ ਸਮੇਂ ਦੀ ਬੱਚਤ ਹੋਵੇਗੀ। ਇਸ ਮੌਕੇ ਬਿਜਲੀ ਮੰਤਰੀ ਨੇ ਬਲਾਕ ਫੂਲ ਦੀਆਂ ਪੰਚਾਇਤਾਂ ਨੂੰ 10 ਕਰੋੜ 60 ਲੱਖ ਰੁਪਏ ਦੇ ਚੈੱਕ ਵੰਡੇ ਅਤੇ ਪਿੰਡ ਜਲਾਲ ਦੀ ਪੰਚਾਇਤ ਨੂੰ 44 ਲੱਖ ਰੁਪਏ ਦਾ ਚੈੱਕ ਦਿੱਤਾ। ਇਸ ਤੋਂ ਬਿਨਾਂ ਬਿਜਲੀ ਮਹਿਕਮੇ ਵਿੱਚ 1200 ਨਵੇਂ ਮੁਲਾਜ਼ਮ ਭਰਤੀ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਉਹ ਬੇਜ਼ਮੀਨੇ ਲੋਕ ਜਿਨ੍ਹਾਂ ਨੇ 50,000 ਰੁਪਏ ਤੱਕ ਦਾ ਕਰਜ਼ਾ ਲਿਆ ਸੀ ਮਾਫ ਕਰਨ ਦਾ ਐਲਾਨ ਕੀਤਾ। ਇੱਥੇ 21 ਨਵੇਂ ਟਰਾਂਸਫਾਰਮਰ ਰੱਖਤੇ, 36 ਟਰਾਂਸਫਾਰਮ ਵੱਡੇ ਕੀਤੇ ਆ, 20 ਕੈਮ ਨਵੀਂ 11 ਕਿਲੋਵਾਟ ਲਾਈਨ ਪਾਈ ਹੈ, 6 ਕੈਮ ਦੀ ਨਵੀਂ 11 ਕੇਬਲ ਪਾਈ ਹੈ, ਕਿਲੋਮੀਟਰ ਨਵਾਂ ਫੀਡਰ ਤਿਆਰ, 14 ਕਿਲੋਮੀਟਰ LT ਕੇਬਲ ਦਾ ਕੰਮ ਚੱਲ ਰਿਹਾ। ਥੋੜ੍ਹੇ ਦਿਨਾਂ ਬਾਅਦ ਚੇਅਰਮੈਨ ਸਾਹਿਬ ਆ ਗਏ, ਸਾਰੀ ਟੀਮ ਨੇ, ਅਸੀਂ ਪਹਿਲੇ ਦਿਨ 2-4 ਮੀਟਿੰਗਾਂ 'ਚ ਫੈਸਲਾ ਕੀਤਾ ਵੀ ਜਿਹੜੇ ਬੱਚੇ ਦੇ ਮਾਂ ਬਾਪ ਸਾਡੇ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮ ਸਨ, ਉਹਨਾਂ ਦੀ ਮੌਤ ਹੋ ਗਈ ਕਿਸੇ ਕਾਰਨਾਂ ਕਰਕੇ, ਉਹਨਾਂ ਨੂੰ ਨੌਕਰੀ ਅਸੀਂ ਦਿੱਤੀ ਜਾਂਦੀ। ਅਸੀਂ ਮੀਟਿੰਗ 'ਚ ਫੈਸਲਾ ਕੀਤਾ, ਮੁੱਖ ਮੰਤਰੀ ਸਾਹਿਬ ਦੇ ਧਿਆਨ 'ਚ ਲੈ ਕੇ ਆਉਂਦਾ, ਉਹਨਾਂ ਨੇ ਤੁਰਤ ਸਾਨੂੰ ਕਹਿ ਦਿੱਤਾ ਵੀ ਜਿੰਨੇ ਬੱਚੇ ਤੁਸੀਂ ਰੱਖ ਸਕਦੇ ਆ ਉਹਨਾਂ ਦੇ ਮਾਂ ਬਾਪ ਦੇ, ਤਾਂ ਕਿ ਉਸ ਬੱਚਿਆਂ ਨੂੰ ਯੋਗਤਾ ਮੁਤਾਬਕ ਨੌਕਰੀਆਂ ਦਿੱਤੀਆਂ ਜਾਣ। ਔਰ ਤੁਹਾਨੂੰ ਵਾਅਦਾ ਨਾ ਕਹਿ ਕੇ ਚੱਲਿਆ, ਜਿਹੜੇ ਬਿਨਾਂ ਜ਼ਮੀਨਾਂ ਤੋਂ, ਜਿਹਨਾਂ ਕੋਲ ਜ਼ਮੀਨ ਲੈਸ, ਜਿਹਨਾਂ ਕੋਲ ਜ਼ਮੀਨ ਨਹੀਂ, ਕੱਲ੍ਹ ਨੂੰ ਅਸੀਂ ਕੰਮ 'ਚ ਉਹ ਪਾਸ ਕਰਨ ਲੱਗੇ ਹਾਂ, ਉਹਨਾਂ ਗਰੀਬਾਂ ਨੂੰ ਜਿਹਨਾਂ ਨੇ 25,000, 30,000, 40,000 ਕਿਸੇ ਮੱਝ ਦਾ ਲੋਨ ਲਿਆ, ਅਸੀਂ ਜਿਹੜੇ ਗਰੀਬ ਜਿਹਨਾਂ ਕੋਲ ਜ਼ਮੀਨ ਨਹੀਂ, ਉਹਨਾਂ ਵੀ ਉਹਨਾਂ ਦੇ ਲੋਨ ਹੈ, ਅਸੀਂ ਉਹਨਾਂ ਨੂੰ ਲੋਨ ਵੀ ਅਸੀਂ ਮਾਫ਼ ਕਰਨ ਜਾ ਰਹੇ ਹਾਂ ਕੱਲ੍ਹ ਦੀ ਸ਼ਾਮ ਦੀ ਮੀਟਿੰਗ। CCP ਨਿਊਜ਼ ਤੋਂ ਸੁਖਦੇਵ ਸਿੰਘ ਦੀ ਰਿਪੋਰਟ।